ਜ਼ਿਮੀਂਦਾਰ ਆਪਦੀ ਫਸਲ ਨੂੰ 6 ਮਹੀਨੇ ਸਾਂਭਦਾ ਹੈ, ਬਿਲਕੁਲ, ਬਾਅਦ ਚ ਫਿਰ ਉਹਦੀ ਕਟਾਈ ਕਰਦਾ ਹੈ। ਤੇ ਜਦੋਂ ਕਟਾਈ ਕਰਦਾ ਤੇ ਸਮਝ ਲਓ ਵੀ ਚਾਹ ਬਹੁਤ ਹੁੰਦਾ, ਅੱਜ ਕਿੰਨਾ ਕੁ ਚਾਹ ਪਈ ਚਲੋ ਦੱਸੋ। ਚਾਹ ਤਾਂ ਬਈ ਜੀ ਬਹੁਤ ਆ, ਪਰ ਅੱਜ ਰੱਬ ਡਰਾ ਰਿਹਾ ਥੋੜਾ ਜਿਹਾ, ਤੂਫਾਨ ਦਾ ਮੌਸਮ ਜਿਹਾ ਬਣਿਆ। ਹਾਂਜੀ, ਪਰ ਚਾਹ ਬਹੁਤ ਸੀ, ਬਹੁਤ ਦਿਨਾਂ ਤੋਂ ਉਡੀਕ ਕਰ ਰਹੇ ਸੀ ਵੀ ਵੜਦੇ ਆ, ਅੱਜ ਵੜਦੇ ਆ ਵੀ ਪੱਕ ਗਈ ਹੈ ਫਸਲ, ਸਹੀ ਅਰਦਾਸ ਕਰਦੇ ਆ ਵੀ ਸਹੀ ਵਧੀਆ ਰੇਟ ਮਿਲੇ। ਬਿਲਕੁਲ ਬਿਲਕੁਲ, ਦੁਕਾਨ ਦੇ ਨਾਲ ਜਿਹੜੀ ਫਸਲ ਆ ਤੁਹਾਡੇ ਘਰੇ ਆ, ਜਿਹੜਾ ਤੁਸੀਂ ਇਹ ਪਹਿਲੇ ਸਾਲ ਆਪਣਾ ਸਟੈਪ ਚੱਕ ਰਹੇ ਵੀ ਤਿੰਨ ਫਸਲਾਂ ਲੈ ਰਹੇ ਹੋ, ਜਿਵੇਂ ਪਾਮ ਵੀ ਵੇਹਨੇ ਆ। ਹਾਂਜੀ, ਖੇਤੀ ਦੇ ਨਾਲ ਨਾਲ ਜ਼ਿਮੀਂਦਾਰ ਸਬਜ਼ੀਆਂ ਵਾਲੇ ਪਾਸੇ ਆਵੇ ਜਾਂ ਕੋਈ ਪਸ਼ੂਆਂ ਵਾਲੇ ਪਾਸੇ ਆਵੇ, ਕੋਈ ਵੀ ਧੰਦਾ ਵੀ ਨਾਲ ਅਪਣਾਵੇ। ਬਿਲਕੁਲ, ਜ਼ਿਮੀਂਦਾਰਾਂ ਦੇ ਖਰਚੇ ਬਹੁਤ ਆ। ਹਾਂ ਬਿਲਕੁਲ, ਖਰਚੇ ਬਹੁਤ ਆ ਜੀ। ਹੁਣ ਦੇਖੋ ਜੀ, ਫਸਲ ਆਪਾਂ ਲਾਉਣੇ ਆ ਗਾਉਣੇ ਆ, ਜਦੋਂ ਤੱਕ ਡੀਕਦੇ ਆ, ਹਰੇਕ ਮਤਲਬ ਕਿ ਨਾਰਮਲ ਕੋਈ ਵੀ ਕਿਸਾਨ ਆ ਜਾਂਦਾ, ਉਹ ਤੋਂ ਪਹਿਲਾਂ ਹੀ ਫਸਲ ਵੱਢਣ ਤੋਂ ਪਹਿਲਾਂ ਆਲਮੋਸਟ ਆਪਦਾ ਉਹ ਪੈਸੇ ਚੱਕੀ ਬੈਠਾ ਹੁੰਦਾ, ਕਹਿੰਦ ਭਾਵੇ ਇਹ ਆ ਵੀ ਖਰਚੇ ਬਹੁਤ ਜ਼ਿਆਦਾ ਆ, ਤੇ ਤੀਜੀ ਫਸਲ ਲਵਾਂਗੇ ਤਾਂ ਸ਼ਾਇਦ ਆਪਾਂ ਨੂੰ ਥੋੜੀ ਬਹੁਤੀ ਆਮਦਨ ਹੋਰ ਆਪਣੀ ਵਧੂਗੀ, ਬਚਤ ਹੋਊਗੀ। ਜੇ ਆਪਾਂ ਕਹਿ ਦਈਏ ਵੀ ਇਕੱਲੀ ਆਪਾਂ ਖੇਤੀ ਹੈ, ਇਕੱਲੀ ਖੇਤੀ ਤੇ ਆਪਾਂ ਠੀਕ ਹੈ ਕਿ ਗੁਜ਼ਾਰਾ ਤਾਂ ਹਰ ਘਰ ਦਾ ਹੈਗਾ, ਚੱਲੀ ਜਾਂਦਾ, ਪਰ ਜੇ ਆਪਾਂ ਚਾਹੁੰਦੇ ਹਾਂ ਵੀ ਆਪਦੇ ਆਪਾਂ ਗਰੋ ਕਰੀਏ, ਘਰ ਨੂੰ ਅੱਗੇ ਵਧਾ ਸਕੀਏ, ਹਨਾ, ਆਪਾਂ ਵਧੀਆ, ਉਹਦੇ ਲਈ ਇੱਕ ਬਿਜ਼ਨਸ, ਸਾਈਡ ਬਿਜ਼ਨਸ ਕੋਈ ਵੀ ਕਰ ਲਓ ਇੱਕ ਜ਼ਰੂਰੀ ਹੈ, ਚਾਹੇ ਰਿਲੇਟਡ ਖੇਤੀ ਨਹੀਂ ਹੋਵੇ। ਵੀ ਜਿਵੇਂ ਬਾਈ ਕਹੀ ਜਾਂਦਾ ਵੀ ਗੋਭੀ ਲਾਉਣੀ ਆ, ਹਨਾ, ਉਹਨੇ ਗੋਭੀ ਲਾਊਗਾ ਇਹਨੂੰ, ਇਸ ਵਾਰੀ ਘੱਟ ਹੋ ਸਕਦਾ ਵੀ ਘੱਟ ਮੁਨਾਫਾ ਹੋ ਜਾਏ, ਘੱਟ ਮੁਨਾਫਾ ਹੋ ਜਾਏ, ਪਰ ਨੈਕਸਟ ਟਾਈਮ ਇਹਨੂੰ ਐਕਸਪੀਰੀਅੰਸ ਹੋ ਗਿਆ, ਇਹ ਬਾਈ ਪ੍ਰੋਫਿਟ ਕਰੂਗਾ ਕਰੂਗਾ, ਹਨਾ। ਹਾਂਜੀ, ਬਾਕੀ ਮਿਹਨਤ ਹੁੰਦੀ। ਕਿਸਾਨ ਵੀਰੋ, ਮੈਂ ਤੁਹਾਡਾ ਆਪਣਾ ਸਾਹਿਬ ਸੰਧੂ। ਕਿਸਾਨ ਵੀਰੋ, ਹਰ ਇੱਕ ਕਿਸਾਨ ਆਪਣੀਆਂ ਫਸਲਾਂ ਨੂੰ ਪੁੱਤਾਂ ਵਾਂਗ ਪਾਲਦਾ ਤੇ ਬਾਅਦ ਦੇ ਵਿੱਚ ਉਹਨੂੰ ਵੇਚ ਕੇ ਤੇ ਆਪਣੇ ਪਰਿਵਾਰ ਦੇ ਸ਼ੌਂਕ ਪੂਰੇ ਕਰਦਾ, ਤੇ ਜਦੋਂ ਮੰਨ ਲਓ ਮਸ਼ੀਨ ਲੱਗਦੀ ਹੈ ਤਾਂ ਜੱਟ ਨੂੰ, ਹਰੇਕ ਜੱਟ ਨੂੰ ਵਿਆਹ ਜਿੰਨਾ ਹੀ ਚਾਹ ਹੁੰਦਾ। ਇਸੇ ਤਰ੍ਹਾਂ ਅੱਜ ਆਪਾਂ ਜ਼ਿਲ੍ਹਾ ਫਰੀਦਕੋਟ ਤੇ ਪਿੰਡ ਦੀਪ ਸਿੰਘ ਵਾਲੇ ਖੜੇ ਆ, ਭਰਾ ਆਪਣਾ ਯਾਰ ਹੈ ਪੱਕਾ, ਉਹਨਾਂ ਦੇ ਖੇਤ ਖੜੇ, ਉਹਨੇ ਬਾਈ ਨੇ ਮੈਨੂੰ ਸਪੈਸ਼ਲ ਫੋਨ ਕੀਤਾ ਕਿਉਂਕਿ ਮਸ਼ੀਨਾਂ ਹਜੇ ਬਹੁਤ ਘੱਟ ਚੱਲੀਆਂ ਫਰੀਦਕੋਟ ਏਰੀਏ 'ਚ, ਕੋਈ ਇੱਕ ਦੋ ਘਰਾਂ ਨੇ ਵੱਢਿਆ ਹੋਣਾ ਝੋਨਾ। ਬਾਈ ਦੀ ਸ਼ੋਰਟ ਵਰਾਇਟੀ ਸੀਗੀ ਬਾਸਮਤੀ ਦੀ 1509। ਬਾਈਆਂ ਵਜੇ ਆਪਾਂ ਵੀਡੀਓ ਬਣਾਉਣੀ ਹੈ, ਕਿਉਂ ਹਰ ਇੱਕ ਜ਼ਿਮੀਂਦਾਰ ਨੂੰ ਪੂਰਾ ਚਾਅ ਹੀ ਹੁੰਦਾ, ਤੇ ਆਪਾਂ ਬਾਈ ਨਾਲ ਕਰਾਂਗੇ ਗੱਲਬਾਤ ਬਈ ਅੱਜ ਕਿਵੇਂ ਲੱਗ ਰਿਹਾ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਬਾਈ ਠੀਕ ਠਾਕ ਜੀ? ਹਾਂ ਠੀਕ ਹੈ ਬਾਈ, ਠੀਕ ਹੈ ਵਧੀਆ ਜੀ। ਬਾਈ ਜੀ, ਮੈਂ ਪਹਿਲਾਂ ਵੀ ਦੱਸਿਆ ਬਈ ਜ਼ਿਮੀਂਦਾਰ ਆਪਦੀ ਫਸਲ ਨੂੰ 6 ਮਹੀਨੇ ਸਾਂਭਦਾ, ਬਿਲਕੁਲ, ਬਾਅਦ ਚ ਫਿਰ ਉਹਦੀ ਕਟਾਈ ਕਰਦਾ। ਤੇ ਜਦੋਂ ਕਟਾਈ ਕਰਦਾ ਤੇ ਸਮਝ ਲਓ ਵੀ ਚਾਹ ਬਹੁਤ ਹੁੰਦਾ, ਅੱਜ ਕਿੰਨਾ ਕੁ ਚਾਹ ਪਈ ਚਲੋ ਦੱਸੋ। ਚਾਹ ਤਾਂ ਬਈ ਜੀ ਬਹੁਤ ਆ, ਪਰ ਅੱਜ ਰੱਬ ਡਰਾ ਰਿਹਾ ਥੋੜਾ ਜਿਹਾ, ਤੂਫਾਨ ਦਾ ਮੌਸਮ ਜਿਹਾ ਬਣਿਆ। ਹਾਂਜੀ, ਪਰ ਚਾਹ ਬਹੁਤ ਸੀ, ਬਹੁਤ ਦਿਨਾਂ ਤੋਂ ਉਡੀਕ ਕਰ ਰਹੇ ਸੀ ਵੀ ਵੜਦੇ ਆ, ਅੱਜ ਵੜਦੇ ਆ ਵੀ ਪੱਕ ਗਈ ਹੈ ਫਸਲ, ਬਹੁਤ ਖੁਸ਼ੀ ਆ। ਤੇ ਬਾਕੀ ਬਾਈ ਜੀ, ਸ਼ਾਰਟ ਵਰਾਇਟੀ ਜਿਵੇਂ ਤੁਸੀਂ ਦੱਸਿਆ 1509, ਉਹਦੀ ਬਣਾਈ ਆਲ ਓਵਰ ਪੰਜਾਬ 'ਚ ਸ਼ੁਰੂ ਹੋ ਹੀ ਗਈ, ਜਿੱਥੇ ਜਿੱਥੇ ਕਿਸਾਨ ਵੀਰਾਂ ਨੇ ਲਾਈ ਆ 1509, ਸਾਰੇ ਕਿਤੇ ਵਧੀਆ ਵੀ ਬਣਾਈ ਹੋ ਰਹੀ ਆ, ਰੇਟ ਵੀ ਚਲੋ ਠੀਕ ਹੈ, ਬਹੁਤ ਵਧੀਆ ਹੋ ਗਿਆ, ਲਗਭਗ 2800-2900 ₹3000 ਚੱਲ ਰਿਹਾ ਜੀ ਰੇਟ, ਤੇ ਵਧੀਆ ਲੱਗ ਰਿਹਾ ਬਾਈ ਜੀ। ਬਸ ਹੁਣ ਅਰਦਾਸ ਕਰਦੇ ਮਹਾਰਾਜ ਅੱਗੇ ਕਿ ਤੁਸੀਂ ਸਾਰਿਆਂ ਉੱਤੇ ਮਿਹਰ ਭਰੇ ਹੱਥ ਰੱਖੇ, ਤੇ ਅੱਜ ਤੂਫਾਨ ਬਹੁਤ ਚੜ੍ਹੇ ਆ ਰਿਹਾ ਜੀ, ਟੀਵੀ ਨਿਊਜ਼ ਚੈਨਲ ਵੀ ਦੱਸ ਰਹੇ ਆ ਵੀ ਹੋਰ ਨੁਕਸਾਨ ਨਾ ਹੋਵੇ ਕਿਸੇ ਦਾ। ਹਾਂਜੀ ਬਾਈ ਜੀ, ਹੁਣ ਜੇ ਗੱਲ ਕਰੀਏ ਉੱਧਰ ਆਪਾਂ ਮਸ਼ੀਨ ਲਾ ਲਈ ਜੀ, ਤੇ ਨਾਲ ਦੇ ਨਾਲ ਤੇ ਘੰਟੇ ਬਾਅਦ ਬੱਦਲ ਬਣ ਗਿਆ, ਪਹਿਲਾਂ ਤੁਹਾਡੇ ਸੀਗਾ ਦਿਮਾਗ 'ਚ ਰਾਏ ਬੱਦਲ ਬਣ ਗਿਆ ਜੀ? ਬਾਈ ਬਿਲਕੁਲ, ਆ ਪੂਰੀ ਧੁੱਪ ਸੀਗੀ, ਹਾਲੇ ਤੱਕ ਮੈਨੂੰ ਪਸੀਨਾ, ਵੇਖੋ ਮੇਰੇ ਨੱਕ ਤੇ ਹਾਲੇ ਵੀ ਹੈਗਾ, ਇੱਕੋ ਦਮ ਹੀ ਬੱਦਲ ਬਣ ਕੇ ਆ, ਵੇਖੋ ਗੱਲਾਂ ਕਰਦੇ ਕਰਦੇ ਤੂਫਾਨ ਆ ਗਿਆ ਯਾਰ।
ਜੋਰ ਲਾ ਰਹੇ ਆ ਵੀ ਜਿੰਨੀ ਛੇਤੀ ਵੱਧ ਸਕੀਏ, ਬਾਕੀ ਚਲੋ ਜੋ ਹੋਣਾ ਮਹਾਰਾਜ ਨੂੰ ਮਜ਼ਬੂਰ ਹੈ ਜੀ, ਵਧੀਆ ਬੈ ਕੇ ਸੋਹਣਾ। ਜਿਵੇਂ ਬਈ ਸ਼ਾਰਟ ਵਰਾਇਟੀ ਲਾਈ ਸੀਗੀ, ਸ਼ਾਰਟ ਪਹਿਲਾਂ ਵੀ ਆਪਾਂ ਲਾਉਣੇ? ਨਹੀਂ ਜੀ, ਪਹਿਲੀ ਵਾਰੀ ਲਾਈ ਹੈ ਇੱਥੇ, ਸਾਡਾ ਗੋਭੀ ਲਾਉਣ ਦਾ ਇਰਾਦਾ ਹੈ। ਠੀਕ ਹੈ। ਹਾਂਜੀ, ਮਤਲਬ ਕਿ ਫਸਲੀ ਚੱਕਰ ਅਪਣਾ ਰਹੇ ਹਾਂ ਵੀ ਜਿਵੇਂ ਹੌਲੀ ਹੌਲੀ ਅੱਗੇ ਤੇ ਕੰਮ ਕਾਰ ਕਰਦੇ ਹਾਂ, ਕੁਛ ਹੋਰ ਵੀ ਖੇਤ ਚ ਵਧੀਆ ਕਰ ਰਹੀ ਹਾਂ। ਚਲੋ ਹੋਰ ਫਸਲ ਅਲੱਗ ਅਲੱਗ ਫਸਲਾਂ ਬਹੁਤ ਲੱਗਦੀਆਂ ਜੀ, ਸ਼ਾਰਟ ਜਿਵੇਂ ਪਾਲਕ ਹੋ ਗਿਆ, ਮੂਲੀ ਹੋ ਗਈ, ਗਾਜਰ ਹੋ ਗਈ, ਆਪਣੇ ਬਿਲਕੁਲ ਜੀ, ਆਲੂ ਹੋ ਗਏ। ਹਾਂਜੀ, ਪਹਿਲੇ ਸਾਲ ਹੀ ਤੁਸੀਂ ਸੋਚਿਆ? ਹਾਂ, ਫਸਟ ਟਾਈਮ ਬਾਈ ਜੀ। ਬਿਲਕੁਲ ਰਿਸਕ ਤਾਂ ਪੂਰੇ ਰਹਿੰਦਾ ਜੀ। ਹੁਣ ਦੇਖੋ ਦੂਸਰੀ ਗੱਲ ਇਹ ਹੁੰਦੀ ਆ, ਹੁਣ ਰੇਟ ਦਾ ਕੋਈ ਪੱਕਾ ਆਈਡੀਆ ਨੀ ਹੁੰਦਾ ਵੀ ਰੇਟ, ਗੋਭੀ ਲਾ ਤਾਂ ਲਵਾਂਗੇ ਜੀ, ਲੇਬਰ ਵੀ ਪੈਣੀ ਆ, ਖੇਚਲ ਵੀ ਬਹੁਤ ਆ। ਆਪਾਂ ਕਣਕ ਲਾ ਕੇ ਜੀ, ਉਸ ਤੋਂ ਬਾਅਦ ਮਹੀਨਾ ਖੇਤ ਹੀ ਨੀ ਆਉਂਦੇ, ਚਲੋ ਪਤਾ ਹੋ ਜਾਣੀ ਪਾਣੀ ਲਾਉਣੀ ਆਉਣਾ, ਸਹੀ ਕਣਕ ਤਾਂ ਬਿਲਕੁਲ ਬਿਲਕੁਲ। ਇਹ ਮਤਲਬ ਕਿ ਪੱਕੀ ਫਸਲ ਨੀ ਕਹਿ ਸਕਦੇ, ਪਰ ਲਾਵਾਂਗੇ, ਰਿਸਕ ਲਾਵਾਂਗੇ ਤਾਂ ਬਈ ਅੱਗੇ ਵਧਣ ਦੇ ਚਾਂਸ ਹੈਗੇ ਆਪਣੇ। ਹਾਂਜੀ, ਸਾਨੂੰ ਰਿਸਕ ਤਾਂ ਲੈਣੇ ਪੈਣੇ, ਰਿਸਕ ਲੈਣਾ ਪੈਂਦਾ, ਕੋਈ ਵੀ ਕੰਮ ਕਰਨਾ ਹੈ ਨੀ ਆਪਾਂ, ਫਸਲਾਂ ਜਾਂ ਕੋਈ ਦੁਕਾਨ ਕਰਦੇ ਰਿਸਕ। ਹਾਂ ਬਿਲਕੁਲ, ਰਿਸਕ ਤੋਂ ਬਿਨਾਂ ਕੁਛ ਨੀ, ਬਿਲਕੁਲ। ਹਨੇਰ ਆ, ਹਨੇਰ ਵੀ ਬਹੁਤ ਚੱਲ ਰਿਹਾ, ਤੁਸੀਂ ਦੇਖ ਹੀ ਰਹੇ ਹੋ ਕੈਮਰੇ ਦੇ ਵਿੱਚ, ਤੇ ਬਾਈ ਦੀ ਜਿਹੜੀ ਬਾਸਮਤੀ 2 ਕਿੱਲੇ ਸੀ ਤੇ ਕਿੱਲਾ ਤਾਂ ਵੱਢੀ ਗਈ ਆ, ਤੇ ਕਿੱਲਾ ਹੀ ਰਹਿ ਗਈ ਆ ਤਕਰੀਬਨ, ਤਕਰੀਬਨ ਬਈ ਕਿੱਲਾ ਤਾਂ ਵੱਢਿਆ ਗਿਆ, ਹਾਂ ਥੋੜਾ ਹੀ ਥਾਂ ਰਹਿ ਗਿਆ ਬਈ, ਆਪਣੀ ਏਰੀਆ ਦਾਸਾ ਬਈ, ਚਲੋ ਸਹੀ ਗੱਲ ਹੈ, ਅੱਧਾ ਘੰਟਾ ਘੰਟਾ ਬਚਾਇਆ ਹੈ। ਵਾਜੀ ਦੇਖੋ ਬਈ, ਹਵਾ ਤਾਂ ਬਹੁਤ ਚੱਲ ਰਹੀ ਹੈ, ਸ਼ਾਇਦ ਬੱਦਲ ਲੈ ਜੇ ਨਾਲ, ਪਰ ਚੱਲਦਾ ਪੂਰਾ ਨਹੀਂ ਅੱਜ, ਤੇ ਬਸ ਸਾਨੂੰ ਥੋੜਾ ਬਹੁਤਾ ਟਾਈਮ ਦੇ ਦੇ ਰੱਬ, ਚਲੋ ਪੱਕੀ ਫਸਲ ਦਾ ਜ਼ਿਆਦਾ ਨੁਕਸਾਨ ਹੋ ਜਾਂਦਾ ਬਈ, ਦੂਸਰੀ ਤਾਂ ਸਾਰੇ ਦੇ ਨਾਲ ਹੀ ਆਪਾਂ, ਆਪਣਾ ਵੀ ਖੜਾ ਸਾਰਿਆਂ ਦੇ ਖੜੇ ਆ, ਆ ਪੱਕੀ ਫਸਲ ਦਾ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ, ਤੁਹਾਨੂੰ ਪਤਾ ਹੀ ਆ। ਤੇ ਬਾਕੀ ਬਈ ਜਿਵੇਂ ਹੁਣ ਤੁਸੀਂ ਪਹਿਲਾਂ ਗੱਲ ਕੀਤੀ ਵੀ ਇੱਥੇ ਗੋਭੀ ਲਾਉਣੀ ਹੈ, ਗੋਭੀ ਦੀ ਫਿਰ ਪਨੀਰੀ ਆਪਣਾ ਤਿਆਰ ਹੈ ਕਿ ਫਸਲ ਬਈ? ਅਸਲ ਦੇ ਵਿੱਚ ਪਨੀਰੀ ਅਸੀਂ ਆਪ ਪਹਿਲਾਂ ਸੋਚਿਆ ਸੀ ਤਿਆਰ ਕਰਨ ਬਾਰੇ, ਪਰ ਜਿਹੜੇ ਬੰਦਿਆਂ ਨੂੰ ਅਸੀਂ ਰਾਇ ਲਈ ਉਹ ਕਹਿੰਦੇ ਬਈ ਤੁਸੀਂ ਪਨੀਰੀ ਦਾ ਰਿਸਕ ਨਾ ਲਓ ਪਹਿਲੀ ਵਾਰੀ, ਕਿਉਂਕਿ ਪਨੀਰੀ ਇਹਦੀ ਬਹੁਤ ਹੀ ਸੌਫਟ ਹੁੰਦੀ ਹੈ, ਕਹਿ ਲਓ ਜਲਦੀ ਤਿਆਰ ਨਹੀਂ ਹੁੰਦੀ ਨਵੇਂ ਬੰਦੇ ਤੋਂ, ਵੀ ਪਹਿਲੀ ਵਾਰੀ ਤਾਂ ਅਸੀਂ ਬਈ ਲੈ ਕੇ ਆਵਾਂਗੇ ਪਨੀਰੀ, ਆਪਣੇ ਕੋਟਕਪੂਰੇ ਹੈਗੇ ਆ ਬੰਦੇ, ਉੱਥੇ ਬਹੁਤ ਸੇਲ ਵਾਸਤੇ ਲਾਉਂਦੇ ਆ, ਪਰ ਹੌਲੀ ਹੌਲੀ ਅਸੀਂ ਆਪ ਜਾਂਚ ਸਿੱਖਾਂਗੇ ਇਹਦੀ ਵੀ ਕਿਵੇਂ ਤਿਆਰ ਕਰਨਾ ਸਾਰਾ ਕੁਛ, ਤੇ ਤੁਸੀਂ ਨੈਟ ਨੁੱਟ ਦਾ ਪ੍ਰਬੰਧ ਕਰਨਾ ਪੈਂਦਾ, ਛਾਵੇਂ ਬਣਾਉਣੀ ਉਗਾਉਣੀ ਪੈਂਦੀ ਹੈ ਜੀ, ਗਰਮੀ ਵੀ ਹਾਂ ਗਰਮੀ ਜ਼ਿਆਦਾ ਨਹੀਂ ਝਾਉਗੀ ਰਹੀ ਚੀਜ਼। ਹਾਂਜੀ, ਬਾਕੀ ਸਹੀ ਗੱਲ ਆ ਵੀ ਕੋਟਕਪੂਰੇ ਚ ਮੈਂ ਵੀ ਬਹੁਤ ਜ਼ਿਮੀਦਾਰਾਂ ਨੂੰ ਮਿਲਿਆ, ਨਾਲ ਹੀ ਪਿੰਡ ਆ ਬੰਨਣ ਵਾਲਾ, ਜੀ ਜੀ ਜੀ, ਅੱਧਾ ਪਿੰਡ ਹੀ ਜਾਨੀ, ਹਾਂ ਤਕਰੀਬਨ ਜੀ ਸਾਰੇ ਲੋਕ ਆਰਡਰ ਗੋਭੀ ਲਾਉਂਦੇ ਆ, ਆਪ ਵੀ ਪਾਰੇ ਵਾਂ ਤਾਂ ਆਪਣੇ ਵੀ ਨਹਿਰ ਤੇ ਆ ਗਏ, ਬਿਲਕੁਲ ਬਿਲਕੁਲ, ਆਪਾਂ ਤਾਂ ਇਹੀ ਅਰਦਾਸ ਕਰਦੇ ਆ ਵੀ ਵਧੀਆ ਰੇਟ ਮਿਲੇ, ਬਿਲਕੁਲ ਬਿਲਕੁਲ, ਤਾਂ ਦੇ ਨਾਲ ਜਿਹੜੀ ਫਸਲ ਆ ਤੁਹਾਡੇ ਘਰੇ ਆ ਵੀ, ਜਿਹੜਾ ਤੁਸੀਂ ਜੇ ਪਹਿਲੇ ਸਾਲ ਆਪਣਾ ਸਟੈਪ ਚੱਕ ਰਹੇ ਵੀ ਤਿੰਨ ਫਸਲਾਂ ਲੈ ਰਹੇ ਹੋ, ਜਿਵੇਂ ਆਪਾਂ ਵੀ ਵੇਹਨੇ ਆ, ਹਾਂਜੀ, ਖੇਤੀ ਦੇ ਨਾਲ ਨਾਲ ਜ਼ਿਮੀਦਾਰ ਸਬਜ਼ੀਆਂ ਵਾਲੇ ਪਾਸੇ ਆਵੇ ਜਾਂ ਕੋਈ ਪਸ਼ੂ ਵਾਲੇ ਪਾਸੇ ਆਵੇ, ਕੋਈ ਵੀ ਧੰਦਾ ਵੀ ਨਾਲ ਅਪਣਾਵੇ, ਬਿਲਕੁਲ ਜ਼ਿਮੀਦਾਰਾਂ ਦੇ ਖਰਚੇ ਬਹੁਤ ਆ। ਹਾਂ ਬਿਲਕੁਲ, ਖਰਚੇ ਬਹੁਤ ਆ ਜੀ, ਹੁਣ ਦੇਖੋ ਜੀ ਫਸਲ ਆਪਾਂ ਲਾਉਣੇ ਆ ਗਾਉਣੇ ਆ, ਜਦੋਂ ਤੱਕ ਡੀਕਦੇ ਆ ਹਰੇਕ, ਮਤਲਬ ਕਿ ਨਾਰਮਲ ਕੋਈ ਵੀ ਕਿਸਾਨ ਆ ਜਾਂ ਉਹ ਤੋਂ ਪਹਿਲਾਂ ਹੀ ਫਸਲ ਵੱਢਣ ਤੋਂ ਪਹਿਲਾਂ ਆਲਮੋਸਟ ਆਪਦਾ ਪੈਸੇ ਚੱਕੀ ਬੈਠਾ ਹੁੰਦਾ, ਕਹਿਣ ਦਾ ਭਾਵ ਇਹ ਆ ਵੀ ਖਰਚੇ ਬਹੁਤ ਜ਼ਿਆਦਾ ਆ, ਤੇ ਤੀਜੀ ਫਸਲ ਲਵਾਂਗੇ ਤਾਂ ਸ਼ਾਇਦ ਆਪਾਂ ਨੂੰ ਥੋੜੀ ਬਹੁਤੀ ਆਮਦਨ ਹੋਰ ਆਪਣੀ ਵਧੂਗੀ, ਬੱਚਤ ਹੋਊਗੀ, ਡਿਵੈਲਪਮੈਂਟ ਕਰ ਸਕਦੇ ਸਾਰਾ ਕੁਛ, ਆਪਾਂ ਗੋਭੀ ਲਾਵਾਂਗੇ ਵੀ ਉਹਦੇ ਸਾਨੂੰ ਜ਼ਰੂਰ ਬੁਲਾਵਾਂਗੇ, ਜੋ ਪਟਾਈ ਹੋਊਗੀ ਉਹਦੀ ਉਦੋਂ ਆਪਾਂ ਜ਼ਰੂਰ ਆਪਾਂ ਗੱਲਬਾਤ ਕਰਾਂਗੇ ਫਿਰ। ਬਹੁਤ ਧੰਨਵਾਦ ਤੁਹਾਡਾ।
ਹਾਂਜੀ ਬਾਈ ਜੀ, ਤੁਸੀਂ ਦੱਸੋ ਵੀ, ਮੰਨ ਲਓ ਵੀ ਜ਼ਿਮੀਂਦਾਰ ਹੁਣ ਦੋ ਫਸਲਾਂ ਤਾਂ ਲਾਉਂਦੇ, ਕਣਕ ਤੇ ਝੋਨਾ, ਹਾਂਜੀ, ਕਣਕ ਤੇ ਝੋਨੇ ਦੇ ਨਾਲ ਕੋਈ ਹੋਰ ਬਿਜ਼ਨਸ ਜ਼ਿਮੀਂਦਾਰ ਚਲਾਵੇ, ਸਬਜ਼ੀ ਦਾ ਚਲਾਵੇ ਜਾਂ ਕੋਈ ਡੇਅਰੀ ਫਾਰਮ ਚਲਾਵੇ, ਵੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਬਾਈ? ਬਾਈ ਬਹੁਤ ਵਧੀਆ ਗੱਲ ਆ, ਜੇ ਆਪਾਂ ਕਹਿ ਦਈਏ ਵੀ ਇਕੱਲੀ ਆਪਾਂ ਖੇਤੀ ਹੈ, ਇਕੱਲੀ ਖੇਤੀ ਤੇ ਆਪਾਂ ਠੀਕ ਹੈ ਕਿ ਗੁਜ਼ਾਰਾ ਤਾਂ ਹਰ ਘਰ ਦਾ ਹੈਗਾ, ਚੱਲੀ ਜਾਂਦਾ, ਪਰ ਜੇ ਆਪਾਂ ਚਾਹੁੰਦੇ ਹਾਂ ਵੀ ਆਪਦੇ ਆਪਾਂ ਗਰੋ ਕਰੀਏ, ਘਰ ਨੂੰ ਅੱਗੇ ਵਧਾ ਸਕੀਏ, ਹੈ ਨਾ, ਆਪਾਂ ਵਧੀਆ, ਉਹਦੇ ਲਈ ਇੱਕ ਬਿਜ਼ਨਸ, ਸਾਈਡ ਬਿਜ਼ਨਸ ਕੋਈ ਵੀ ਕਰ ਲਓ ਇੱਕ ਜ਼ਰੂਰੀ ਹੈ, ਚਾਹੇ ਰਿਲੇਟਡ ਖੇਤੀ ਦਾ ਹੀ ਹੋਵੇ, ਵੀ ਜਿਵੇਂ ਬਾਈ ਕਹੀ ਜਾਂਦਾ ਵੀ ਗੋਭੀ ਲਾਉਣੀ ਆ, ਹੈ ਨਾ, ਉਹਦੇ ਗੋਭੀ ਲਾਊਗਾ ਇਹਨੂੰ ਇਸ ਵਾਰੀ ਘੱਟ ਹੋ ਸਕਦਾ ਵੀ ਘੱਟ ਮੁਨਾਫਾ ਹੋ ਜਾਏ, ਘੱਟ ਮੁਨਾਫਾ ਹੋ ਜਾਏ, ਪਰ ਨੈਕਸਟ ਟਾਈਮ ਇਹਨੂੰ ਐਕਸਪੀਰੀਅੰਸ ਹੋ ਗਿਆ, ਇਹ ਬਾਈ ਪ੍ਰੋਫਿਟ ਕਰੂਗਾ ਕਰੂਗਾ, ਹਨਾ, ਹਾਂਜੀ, ਬਾਕੀ ਮਿਹਨਤ ਹੁੰਦੀ ਹੈ। ਹੁਣ ਕਣਕ ਝੋਨੇ ਦਾ ਵੀ ਬਾਈ ਆਪਾਂ ਨੂੰ ਜਦੋਂ ਮੈਂ ਅੱਜ ਤੋਂ 4 ਸਾਲ ਪਹਿਲਾਂ ਖੇਤੀ ਸ਼ੁਰੂ ਕੀਤੀ ਸੀ, ਮੈਂ ਤੁਹਾਨੂੰ ਦੱਸਦਾ, ਮੈਨੂੰ ਬਾਈ ਕਹੋ ਵੀ ਹਾੜੀ ਸੋਣੀ ਦਾ ਵੀ ਨਹੀਂ ਪਤਾ ਹੁੰਦਾ, ਇਹ ਹਾੜੀ ਸੋਣੀ ਦਾ ਨਹੀਂ ਪਤਾ ਹੁੰਦਾ, ਹੌਲੀ ਹੌਲੀ ਜਦੋਂ ਮੈਂ ਵਿੱਚ ਵੜਿਆ ਮਤਲਬ ਸਾਰਾ ਮੈਨੂੰ ਪਤਾ ਨੌਲੇਜ ਆ ਗਈ, ਹੌਲੀ ਹੌਲੀ ਮੈਨੂੰ ਅੱਜ ਸੁੱਖ ਨਾਲ, ਤੁਸੀਂ ਪਿਛਲੀ ਵਾਰੀ ਵੀ ਆਏ ਸੀ ਬਾਈ ਕਣਕ ਵੇਲੇ, ਹਨਾ, ਉਦੋਂ ਕਣਕ ਬਹੁਤ ਹੀ ਜ਼ਿਆਦਾ ਵਧੀਆ ਝੜੀ ਸੀਗੀ, ਤੇ ਕਿਤੇ ਨਾ ਕਿਤੇ ਐਂ ਹੋ ਜਾਂਦਾ ਬਈ ਆਪਾਂ ਨੂੰ ਐਕਸਪੀਰੀਅੰਸ ਆਉਣ ਦੇ ਨਾਲ ਨਾਲ ਆਪਾਂ ਉਦੋਂ ਜ਼ਿਆਦਾ ਗਰੋ ਕਰਦੇ ਜਾਂਦੇ ਹਾਂ। ਬਾਕੀ ਠੀਕ ਹੈ ਬਾਈ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ, ਬਹੁਤ ਬਹੁਤ ਧੰਨਵਾਦ।